ਕੋਲਕਾਤਾ ਦਰਿੰਦਗੀ ਮਾਮਲੇ ਦੇ ਵਿੱਚ ਅੱਜ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਲਗਾਤਾਰ 14ਵਾਂ ਦਿਨ ਹੈ। ਜਿਹਾ ਦੱਸ ਦਈਏ ਕਿ ਪੀੜਤਾਂ ਦੇ ਲਈ ਡਾਕਟਰਾਂ ਦੇ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅਤੇ ਉੱਧਰ ਹੀ ਚੰਡੀਗੜ੍ਹ ਦੇ PGI ਦੀ ਗੱਲ ਕਰੀਏ ਤਾਂ PGI ਦੇ ਵਿੱਚ ਨਵੇਂ ਮਰੀਜ਼ਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ, ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਹਾਲਾਂਕਿ OPD ਚੱਲ ਰਹੀ ਹੈ, ਪਰ 1.5 ਤੋਂ 2 ਘੰਟੇ ਹੀ OPD ਚੱਲ ਰਹੀ ਹੈ। ਅਤੇ ਉੱਧਰ ਹੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਏਮਸ ਦੇ ਡਾਕਟਰਸ ਨੂੰ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਏਮਸ ਦੇ ਡਾਕਟਰਸ ਦੇ ਵੱਲੋਂ ਆਪਣੀ ਅੱਜ ਹੜਤਾਲ ਖਤਮ ਕਰ ਦਿੱਤੀ ਗਈ ਹੈ ਅਤੇ ਆਪਣੇ ਕੰਮਾਂ 'ਤੇ ਡਾਕਟਰਸ ਵਾਪਸ ਪਰਤ ਆਏ ਨੇ। ਜੇ ਦੱਸ ਦਈਏ ਕਿ ਕੋਲਕਾਤਾ ਦੇ ਆਰਜੀਕਰ ਡਾਕਟਰ ਦੀ ਮੌਤ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਏਮਸ ਦੇ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਹੜਤਾਲ ਖਤਮ ਕਰ ਦਿਓ, ਅਸੀਂ ਤੁਹਾਡੀ ਹਰ ਗੱਲ ਸੁਣਨ ਦੇ ਲਈ ਤਿਆਰ ਹਾਂ। ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਡਾਕਟਰ ਕੰਮ 'ਤੇ ਪਰਤਣ ਦੇ ਲਈ ਤਿਆਰ ਨੇ, ਪਰ ਰਾਜ ਸਰਕਾਰਾਂ ਨੂੰ ਸੁਰੱਖਿਆ ਲਈ ਕਦਮ ਚੁੱਕਣੇ ਪੈਣਗੇ। ਸਿਹਤ ਮੰਤਰਾਲੇ ਦੇ ਸਕੱਤਰ ਨੂੰ ਰਾਜਾਂ ਦੇ ਮੁੱਖ ਸਕੱਤਰਾਂ ਅਤੇ DCPs ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਇਹ ਕੰਮ 1 ਹਫ਼ਤੇ ਦੇ ਅੰਦਰ ਹੋ ਜਾਣਾ ਚਾਹੀਦਾ ਹੈ ਅਤੇ ਰਾਜ ਸਰਕਾਰਾਂ ਨੂੰ 2 ਹਫ਼ਤਿਆਂ ਦੇ ਅੰਦਰ ਕਦਮ ਚੁੱਕਣੇ ਚਾਹੀਦੇ ਨੇ। ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਡਾਕਟਰ ਬੇਹੱਦ ਨਾਰਾਜ਼ ਹਨ। ਸੁਰੱਖਿਆ ਦੀ ਮੰਗ ਕਰਦੇ ਹੋਏ ਦਿੱਲੀ ਏਮਸ ਦੇ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਬੈਨਰ ਹੇਠ ਸਾਰੇ ਡਾਕਟਰਸ ਨੇ ਆਪਣਾ ਕੰਮ ਬੰਦ ਕਰ ਦਿੱਤਾ ਸੀ। ਹੁਣ 11 ਦਿਨਾਂ ਬਾਅਦ ਸੁਪਰੀਮ ਕੋਰਟ ਅਤੇ CJI DY ਚੰਦਰ ਚੂੜ ਦੇ ਭਰੋਸੇ ਤੋਂ ਬਾਅਦ ਏਮਸ ਦੇ ਡਾਕਟਰਸ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕੀਤੀ ਜਾ ਰਹੀ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹੜਤਾਲੀ ਡਾਕਟਰਾਂ ਦੇ ਖਿਲਾਫ਼ ਕੋਈ ਵੀ ਸਜ਼ਾ ਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ, ਜੋ ਕਿ ਰਾਹਤ ਦੀ ਗੱਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੋਲਕਾਤਾ ਆਰਜੀਕਰ ਹਸਪਤਾਲ ਕਤਲ ਕੇਸ ਦੇ ਵਿੱਚ CBI ਅਤੇ ਮਮਤਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਈ ਹੈ। ਸਰਕਾਰ ਨੇ ਨਵੇਂ ਪ੍ਰਿੰਸੀਪਲ ਮੈਡੀਕਲ ਸੁਪਰੀਡੈਂਟ ਕਮ ਵਾਈਸ ਪ੍ਰਿੰਸੀਪਲ ਸਹਾਇਕ ਸੁਪਰੀਡੈਂਟ ਅਤੇ ਚੈਸਟ ਦੀ ਨਿਯੁਕਤੀ ਕੀਤੀ ਹੈ। ਆਰਜੀਕਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਮੁਖੀ ਨੂੰ ਰਾਤੋਂ ਰਾਤ ਹਟਾ ਦਿੱਤਾ ਹੈ, ਜਦੋਂ ਧਰਨਾਕਾਰੀ ਡਾਕਟਰਾਂ ਨੇ ਸੂਬੇ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਹਸਪਤਾਲ ਵਿੱਚ ਸਟਾਫ ਦੀ ਬਦਲੀ ਦੀ ਮੰਗ ਕੀਤੀ। ਇਸ ਦੇ ਨਾਲ ਹੀ ਆਰਜੀਕਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਗੱਲ ਕਰੀਏ ਤਾਂ CBI ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਉਹ ਆਪਣੇ ਲਗਾਤਾਰ ਬਿਆਨ ਬਦਲ ਰਿਹਾ, ਜਿਸ ਦੇ ਕਾਰਨ ਉਸਦਾ ਹੁਣ ਪੋਲੀਗ੍ਰਾਫ ਟੈਸਟ ਕੀਤਾ ਜਾਵੇਗਾ ਕਿ ਆਖਿਰ ਸੱਚ ਕੀ ਹੈ। ਜਿਹਾਂ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੇ ਖੁਲਾਸਾ ਸਾਹਮਣੇ ਆਏ। ਆਰਜੀਕਰ ਡਾਕਟਰਾਂ ਦਾ ਕਹਿਣਾ ਹੈ ਕਿ ਸੰਦੀਪ ਘੋਸ਼ ਦੇ ਵੱਲੋਂ ਜਿਹੜੀਆਂ ਲਵਾਰਿਸ ਲਾਸ਼ਾਂ ਆਉਂਦੀਆਂ ਸਨ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ। ਜਿਵੇਂ ਦੱਸ ਦਈਏ ਕਿ ਹੁਣ ਇਸ ਕੇਸ ਦੀ ਕਮਾਨ CBI ਨੂੰ ਸੌਂਪੀ ਗਈ ਹੈ ਅਤੇ ਲਗਾਤਾਰ CBI ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।